ਮਾਨਯੋਗ ਪ੍ਰਧਾਨ ਮੰਤਰੀ ਸਰ ਮੇਰਾ ਨਾਮ ਜੋਵਿਤਾ ਪਾਤਰਾ ਹੈ ਤੇ ਮੈਂ ਜਵਾਰ ਨਵੋਦਿਆ ਵਿਦਿਆਲਯ ਗੁਰੂਗ੍ਰਾਮ ਹਰਿਆਣਾ ਦੀ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਨੂੰ ਪ੍ਰੀਖਿਆ ਪੇ ਚਰਚਾ 2023 ਵਿੱਚ ਹਿੱਸਾ ਲੈ ਕੇ ਬੜਾ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਮੇਰਾ ਤੁਹਾਨੂੰ ਪ੍ਰਸ਼ਨ ਹੈ ਕਿ ਐਵਰੇਜ ਵਿਦਿਆਰਥੀ ਹੋਣ ਦੇ ਨਾਤੇ ਮੈਂ ਆਪਣੀ ਪੜ੍ਹਾਈ ਤੇ ਕਿਵੇਂ ਧਿਆਨ ਫੋਕਸ ਕਰ ਸਕਦੀ ਹਾਂ ਕਿਰਪਾ ਕਰਕੇ ਮੇਰੇ ਇਸ ਪ੍ਰਸ਼ਨ ਲਈ ਮਾਰਗਦਰਸ਼ਨ ਕਰੋ ਸ਼ੁਕਰੀਆ ਧੰਨਵਾਦ ਜੋਵਿਤਾ ਮਾਨਯੋਗ ਪ੍ਰਧਾਨ ਮੰਤਰੀ ਜੀ ਜੋਵਿਤਾ ਪਾਤਰਾ ਇੱਕ ਐਵਰੇਜ ਵਿਦਿਆਰਥੀ ਤੁਹਾਡੇ ਕੋਲੋਂ ਪ੍ਰੀਖਿਆ ਕਿਵੇਂ ਬਿਹਤਰ ਕਰਨ ਬਾਰੇ ਮਾਰਗਦਰਸ਼ਨ ਚਾਹੁੰਦੀ ਹੈ ਕਿਰਪਾ ਕਰਕੇ ਉਸ ਦਾ ਮਾਰਗਦਰਸ਼ਨ ਕਰੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਐਵਰੇਜ ਵਿਦਿਆਰਥੀ ਹੋ ਵਰਨਾ ਜਿਆਤਰ ਲੋਕ ਅਜਿਹੇ ਹੁੰਦੇ ਨੇ ਜੋ ਬਿਲੋ ਐਵਰੇਜ ਹੁੰਦੇ ਨੇ ਤੇ ਆਪਣੇ ਆਪ ਨੂੰ ਬਹੁਤ ਹੀ 30 ਮਾਰਖਾਂ ਸਮਝਦੇ ਨੇ ਸਭ ਬਾਂਦਰ ਤੇ ਵਪਾਰੀ ਮੰਨਦੇ ਨੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਮਾਤਾ ਪਿਤਾ ਨੂੰ ਵਧਾਈ ਦਿੰਦਾ ਹਾਂ ਇੱਕ ਵਾਰ ਤੁਸੀਂ ਸੱਚਾਈ ਨੂੰ ਸਵੀਕਾਰ ਕਰ ਲਿਆ ਕਿ ਮੇਰੀ ਸਮਰਥਾ ਏ ਮੇਰੀ ਇਹ ਸਥਿਤੀ ਏ ਮੈਨੂੰ ਹੁਣ ਇਸ ਦੀਆਂ ਅਨੁਕੂਲ ਚੀਜ਼ਾਂ ਨੂੰ ਲੱਭਣਾ ਹੋਵੇਗਾ ਮੈਨੂ ਬਹੁਤ ਵੱਡਾ 30 ਮਾਰਖਾ ਬਣਨ ਦੀ ਜ਼ਰੂਰਤ ਨਹੀਂ ਹੈ ਅਸੀਂ ਆਪਣੇ ਸਮਰਥਾ ਨੂੰ ਜਿਸ ਦਿਨ ਜਾਣਦੇ ਹਾਂ ਤਾਂ ਅਸੀਂ ਸਭ ਤੋਂ ਵੱਡੇ ਸਮਰਥਮਾਨ ਬਣ ਜਾਂਦੇ ਹਾਂ ਜਿਹੜੇ ਲੋਕ ਖੁਦ ਦੇ ਸਮਰਥ ਨੂੰ ਨਹੀਂ ਜਾਣਦੇ ਉਹਨਾਂ ਨੂੰ ਸਮਰਥਵਾਨ ਬਣਨ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਇਸ ਲਈ ਇਹ ਸਥਿਤੀ ਨੂੰ ਜਾਣਨਾ ਇਹ ਆਪਣੇ ਆਪ 'ਚ ਈਸ਼ਵਰ ਨੇ ਤੁਹਾਨੂੰ ਸ਼ਕਤੀ ਦਿੱਤੀ ਹੈ ਤੁਹਾਡੇ ਟੀਚਰ ਨੇ ਸ਼ਕਤੀ ਦਿੱਤੀ ਹੈ ਤੁਹਾਡੇ ਪਰਿਵਾਰ ਨੇ ਸ਼ਕਤੀ ਦਿੱਤੀ ਹੈ ਅਤੇ ਮੈਂ ਤਾਂ ਚਾਹਾਂਗਾ ਹਰ ਮਾਪੇ ਤੋਂ ਤੁਸੀਂ ਬੱਚਿਆਂ ਦਾ ਸਹੀ ਮੁਲਾਂਕਣ ਕਰੋ ਉਹਨਾਂ ਨੂੰ ਉਹਨਾਂ ਦੇ ਅੰਦਰ ਹੀਣ ਭਾਵਨਾ ਪੈਦਾ ਹੋਣ ਨਾ ਦਿਓ ਪਰ ਸਹੀ ਮੁਲਾਂਕਣ ਕਰੋ ਕਦੇ-ਕਦੇ ਤੁਸੀਂ ਲੋਕ ਜੇ ਉਸ ਕੋਈ ਬਹੁਤ ਮਹਿੰਗੀ ਚੀਜ਼ ਲਿਆਉਣੀ ਹੈ ਤਾਂ ਉਸ ਆਰਾਮ ਨਾਲ ਕਹੋ ਕਿ ਨਹੀਂ ਨਹੀਂ ਪਾਈ ਆਪਣੇ ਘਰ ਦੀ ਇੰਨੀ ਤਾਕਤ ਨਹੀਂ ਹੈ ਇਹ ਚੀਜ਼ ਅਸੀਂ ਨਹੀਂ ਲਿਆ ਪਾਵਾਂਗੇ ਇਸ ਤਰ੍ਹਾਂ 2 ਸਾਲ ਇੰਤਜ਼ਾਰ ਕਰੋ ਇਸ ਵਿੱਚ ਕੁਝ ਬੁਰਾ ਨਹੀਂ ਹੈ ਜੇਕਰ ਤੁਸੀਂ ਘਰ ਦੀ ਸਥਿਤੀ ਦੇ ਸੰਬੰਧ ਚ ਬੱਚੇ ਨਾਲ ਐਨਾਲਿਸਿਸ ਕਰਦੇ ਹੋ ਤਾਂ ਇਸ ਵਿੱਚ ਕੁਝ ਬੁਰਾ ਨਹੀਂ ਹੈ ਅਤੇ ਇਸ ਲਈ ਅਸੀਂ ਇੱਕ ਆਮ ਪੱਧਰ ਦੇ ਵਿਅਕਤੀ ਹਾਂ ਅਤੇ ਜ਼ਿਆਦਾਤਰ ਲੋਕ ਆਮ ਪੱਧਰ ਦੇ ਹੀ ਹੁੰਦੇ ਨੇ ਐਕਸਟਰਾ ਆਰਡੀਨਰੀ ਬਹੁਤ ਘੱਟ ਲੋਕ ਹੁੰਦੇ ਨੇ ਪਰ ਆਮ ਲੋਕ ਅਸਾਧਾਰਨ ਕੰਮ ਕਰਦੇ ਨੇ ਅਤੇ ਜਦ ਆਮ ਵਿਅਕਤੀ ਅਸਾਧਾਰਨ ਕੰਮ ਕਰਦੇ ਨੇ ਤਾਂ ਉਹ ਕਿੱਧਰੇ ਉਚਾਈ ਤੇ ਚਲੇ ਜਾਂਦੇ ਨੇ एवरेस्ट ਦੇ ਮਾਪਦੰਡ ਨੂੰ ਤੋੜ ਕੇ ਨਿਕਲ ਜਾਂਦੇ ਨੇ ਹੁਣ ਇਸ ਲਈ ਸਾਨੂੰ ਕਦੇ ਵੀ ਇਹ ਸੋਚਣਾ ਦੁਨੀਆ 'ਚ ਤੁਸੀਂ ਦੇਖੋ ਜਿਆਤਰ ਜੋ ਲੋਕ ਸਫਲ ਹੋਏ ਨੇ ਉਹ ਕੀ ਨੇ ਉਹ ਕਿਸੇ ਜਮਾਨੇ 'ਚ ਐਵਰੇਜ ਲੋਕ ਸਨ ਅਸਾਧਾਰਨ ਕੰਮ ਕਰਕੇ ਆਏ ਨੇ ਬਹੁਤ ਵੱਡਾ ਨਤੀਜਾ ਲੈ ਕੇ ਆਏ ਨੇ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਇਨੀ ਦਿਨੀ ਦੁਨੀਆ 'ਚ ਪੂਰੇ ਵਿਸ਼ਵ ਦੀ ਆਰਥਿਕ ਸਥਿਤੀ ਦੀ ਚਰਚਾ ਹੋ ਰਹੀ ਹੈ ਕਿਹੜਾ ਦੇਸ਼ ਕਿੰਨਾ ਅੱਗੇ ਗਿਆ ਕਿਸ ਦੀ ਆਰਥਿਕ ਸਥਿਤੀ ਕਿਸ ਤਰ੍ਹਾਂ ਦੀ ਹੈ ਕਰੋ ਨਾ ਤਾਂ ਬਾਤਾਂ ਇਹ ਬਹੁਤ ਮਾਪਦੰਡ ਬਣ ਗਿਆ ਹੈ ਅਤੇ ਅਜਿਹਾ ਤਾਂ ਨਹੀਂ ਹੈ ਕਿ ਦੁਨੀਆ ਦੇ ਕੋਲ ਅਰਥ ਵਿਵਸਥਾਵਾਂ ਦੀ ਕਮੀ ਹੈ بڑے بڑے ਵੱਡੇ ਨੋਬਲ ਪ੍ਰਾਈਜ਼ ਵਿਜੇਤਾ ਨੇ ਜਿਹੜੇ ਗਾਈਡ ਕਰ ਸਕਦੇ ਨੇ ਇਸ ਤਰ੍ਹਾਂ ਕਰਨ ਨਾਲ ਆਰਥਿਕ ਸਥਿਤੀ ਇਸ ਤਰ੍ਹਾਂ ਬਣੇਗੀ ਕੋਈ ਘਾਟ ਨਹੀਂ ਹੈ ਗਿਆਨ ਨੂੰ ਵੰਡਣ ਵਾਲੇ ਤਾਂ ਹਰ ਗਲੀ ਮੁਹੱਲੇ ਵਿੱਚ ਮੌਜੂਦ ਨੇ ਅਤੇ ਕੁਝ ਵਿਦਵਾਨ ਵੀ ਮੌਜੂਦ ਨੇ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਅਸੀਂ ਦੇਖਿਆ ਹੈ ਕਿ ਭਾਰਤ ਅੱਜ ਦੁਨੀਆ 'ਚ ਆਰਥਿਕ ਜਿਹੜਾ ਤੁਲਨਾਤਮਕ ਹੋ ਰਿਹਾ ਹੈ ਭਾਰਤ ਨੂੰ ਇੱਕ ਆਸ਼ਾ ਦੀ ਕਿਰਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਤੁਸੀਂ 2-3 ਸਾਲ ਪਹਿਲਾਂ ਦੇਖਿਆ ਹੋਵੇਗਾ ਸਾਡੀ ਸਰਕਾਰ ਦੇ ਵਿਸ਼ੇ 'ਚ ਇਹ ਲਿਖਿਆ ਜਾਂਦਾ ਸੀ ਕਿ ਇਹਨਾਂ ਦੇ ਕੋਲ ਤਾਂ ਇਕਨੋਮਿਸਟ ਨਹੀਂ ਨੇ ਸਾਰੇ ਐਵਰੇਜ ਲੋਕ ਨੇ ਪ੍ਰਾਈਮ ਮਿਨਿਸਟਰ ਨੂੰ ਵੀ ਇਕਨੋਮਿਕਸ ਦਾ ਕੋਈ ਗਿਆਨ ਨਹੀਂ ਹੈ ਸਹੀ ਲਿਖਿਆ ਜਾਂਦਾ ਸੀ ਤੁਸੀਂ ਪੜਦੇ ਹੋ ਕਿ ਨਹੀਂ ਪੜਦੇ ਇਸ ਤਰ੍ਹਾਂ ਦਾ ਪਰ ਅੱਜ ਦੁਨੀਆ 'ਚ ਉਸੇ ਦੇਸ਼ ਜਿਸ ਨੂੰ ਐਵਰੇਜ ਕਿਹਾ ਜਾਂਦਾ ਸੀ ਉਹ ਦੇਸ਼ ਅੱਜ ਦੁਨੀਆ ਵਿੱਚ ਚਮਕ ਰਿਹਾ ਹੈ ਅਤੇ ਇਸ ਲਈ ਅਸੀਂ ਇਸ ਪ੍ਰੈਸ਼ਰ ਚ ਨਾ ਰਹੀਏ ਦੋਸਤੋ ਕਿ ਤੁਸੀਂ ਐਕਸਟਰਾ ਆਰਡੀਨਰੀ ਨਹੀਂ ਹੋ ਅਤੇ ਦੂਜੀ ਗੱਲ ਤੁਸੀਂ ਐਵਰੇਜ ਵੀ ਹੋਵੋਗੇ ਤੁਹਾਡੇ ਅੰਦਰ ਕੁਝ ਨਾ ਕੁਝ ਤਾਂ ਐਕਸਟਰਾ ਆਰਡੀਨਰੀ ਹੋਵੇਗਾ ਹੀ ਅਤੇ ਜੋ ਐਕਸਟਰਾ ਆਰਡੀਨਰੀ ਹੈ ਉਹਨਾਂ ਦੇ ਅੰਦਰ ਵੀ ਕੁਝ ਨਾ ਕੁਝ ਐਵਰੇਜ ਹੋਵੇਗਾ ਹਰ ਇੱਕ ਦੇ ਕੋਲ ਈਸ਼ਵਰ ਨੇ ਇੱਕ ਅਸਾਧਾਰਨ ਸਮਰੱਥਾ ਦਿੱਤੀ ਹੁੰਦੀ ਹੈ ਬਸ ਤੁਹਾਨੂੰ ਉਸ ਨੂੰ ਪਛਾਣਨਾ ਹੈ ਉਸ ਨੂੰ ਖਾਦ ਪਾਣੀ ਪਾਉਣਾ ਹੈ ਤੁਸੀਂ ਬਹੁਤ ਤੇਜ਼ੀ ਨਾਲ ਅੱਗੇ ਨਿਕਲ ਜਾਵੋਗੇ ਇਹ ਮੇਰਾ ਵਿਸ਼ਵਾਸ ਹੈ ਧੰਨਵਾਦ